ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖ ਰਹੇ ਹੋ ਪਾਕ ਫਤਨ ਐਨੀਮਲਸ ਟੀਵੀ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਿਆਜ਼। ਮਾਸ਼ਾਅੱਲਾ ਜਨਾਬ, ਜਿਵੇਂ ਕਿ ਦੋਸਤਾਂ ਨੂੰ ਪਤਾ ਹੈ, ਤੁਹਾਡੀ ਖਾਤਰ ਰੋਜ਼ ਵੀਡੀਓ ਆਉਂਦੀ ਜਨਾਬ। ਸਭ ਤੋਂ ਪਹਿਲੇ ਗੁਜ਼ਾਰਿਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਨਾਲ ਹੀ ਲੱਗੀ ਹੋ ਘੰਟੀ ਦਾ ਬਟਨ ਨੂੰ ਦਬਾਉਣਾ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਸਾਡੇ ਵੀਰਾਂ ਤੱਕ ਪਹੁੰਚੇ, ਵੀਰ ਵੇਖਦੇ ਰਹਿਣ। ਤਾਰੀਖ ਅੱਜ 30 ਬਣਦੀ ਜਨਾਬ, 30 ਤਰੀਕ ਹੈ, 5ਵਾਂ ਮਹੀਨਾ 2022। ਕੱਲ 29 ਤਰੀਕ ਹੈਗੀ ਸੀ ਮਾਸ਼ਾਅੱਲਾ, 4 ਮੱਝਾਂ ਦੀ ਇੱਕ ਗਾਂ ਦੀ ਵੀਡੀਓ ਲੱਗੀ ਸੀ, ਠੀਕ ਹੈ। ਭਾਈ ਆਜ਼ਮ ਗੁੱਜਰ ਸਾਹਿਬ ਜਨਾਬ, ਇਹਨਾਂ ਨੇ ਵੀਡੀਓ ਵੇਖੀ ਹੈ ਮਾਸ਼ਾਅੱਲਾ, ਪਹਿਲੇ ਵੀ ਮਾਲ ਲੈ ਕੇ ਗਏ ਹਨ, ਉਹਨਾਂ ਨੇ ਜਨਾਬ ਸਾਰੀਆਂ ਮੱਝਾਂ ਲੈ ਲਈਆਂ ਮਾਸ਼ਾਅੱਲਾ। ਉਹਨਾਂ ਨਾਲ ਜਨਾਬ ਇਹਨਾਂ ਮੱਝਾਂ ਦਾ ਸੌਦਾ ਹੋ ਗਿਆ ਮਾਸ਼ਾਅੱਲਾ। ਉਹ ਆਏ ਨੇ 4 ਮੱਝਾਂ, ਮਾਸ਼ਾਅੱਲਾ 4 ਲਈਆਂ ਉਹਨਾਂ ਨੇ, 4 ਮੱਝਾਂ ਲੈ ਲਈਆਂ ਉਹਨਾਂ ਨੇ, ਖਰੀਦ ਲਈਆਂ ਜਨਾਬ ਸਾਡੇ ਕੋਲ ਆਏ ਨੇ। ਅਸੀਂ ਉਹਨਾਂ ਦੇ ਬੇਹੱਦ ਮਸ਼ਕੂਰ ਹਾਂ ਜਨਾਬ, ਪਹਿਲੇ ਵੀ 3 ਦਫਾ ਮਾਲ ਗਿਆ ਉਹਨਾਂ ਕੋਲ। ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਲੋਕੇਸ਼ਨ ਅੱਡਾ ਬੁੰਗਾ ਯਾਦ, ਤਹਿਸੀਲੋ ਜ਼ਿਲ੍ਹਾ ਪਾਕ ਫਤਹ ਸ਼ਰੀਫ, ਰਾਬਤਾ ਨੰਬਰ 0306004497। ਅਸੀਂ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ। ਆਨਲਾਈਨ ਵੀਡੀਓ ਦਾ ਮਕਸਦ ਸਿਰਫ ਇਹ ਹੁੰਦਾ ਹੈ ਰਵਾਨਗੀ ਦਾ, ਜਿਹੜੇ ਸਾਡੇ ਵੀਰ ਆਨਲਾਈਨ ਇਤਮਾਦ ਕਰਦੇ ਉਹਨਾਂ ਦੀ ਤਸੱਲੀ ਵਾਸਤੇ। ਔਰ ਮੱਝਾਂ ਮਾਸ਼ਾਅੱਲਾ ਤੁਸੀਂ ਕੱਲ੍ਹ ਵੇਖੀਆਂ, ਆਊਟ ਕਲਾਸ ਮੱਝਾਂ ਜਨਾਬ। ਅਸਲਾਮ ਵਾਲੇਕੁਮ ਜੀ। ਆਜ਼ਮ ਭਾਈ, ਕੀ ਹਾਲ ਹੈ? ਵੀ ਅਸੇ ਠੀਕ ਹੈ ਜਨਾਬ। ਆ ਤੁਸੀਂ ਮੱਝਾਂ ਕੱਲ੍ਹ ਵੇਖੀਆਂ ਆਪਣੇ ਚੈਨਲ 'ਤੇ ਜੀ, ਪਹਿਲੇ ਵੀ ਆਪਣਾ ਮਾਲ ਗਿਆ ਅਤੇ ਸਾਡੇ ਬ੍ਰਾਹਮਣ, ਤੁਸੀਂ ਅੱਗੇ ਮਿਹਰਬਾਨੀ ਕਰਦੇ ਜੇ ਅੱਜ ਵੀ ਸ਼ੁਰੂ। ਅਤਰ ਭਾਈ, ਕੀ ਹਾਲ ਹੈ? ਥੋੜ੍ਹਾ ਉੱਚਾ ਬੋਲ। ਅਸਲ ਜੀ, ਸਾਰੇ ਵੇਖਣ ਵਾਲੇ ਦੋਸਤਾਂ ਨੂੰ ਸਾਨੂੰ ਤਾਂ ਹੁਣ ਥੋੜਾ ਜਿਹਾ ਆਈਡੀਆ ਹੋ ਗਿਆ ਕਿ ਜਦੋਂ ਅਸੀਂ ਦੋਸਤਾਂ ਕੋਲ ਆਉਂਦੇ ਹਾਂ ਸਾਡੇ ਭਾਈ ਇੱਥੇ ਆ ਜਾਂਦੇ ਨੇ। ਹਾਂਜੀ, ਤੇ ਅਸਲ 'ਚ ਮੇਰੀ ਇਹ ਕੋਸ਼ਿਸ਼ ਕਿ ਕਿਸੇ ਵਜ੍ਹਾ ਵਕਤ ਹੈ ਨਾਕਾਮ ਹੋਣ, ਉਹ ਜਿਵੇਂ ਇੱਕ ਜ਼ਿੱਦ ਔਰ ਚੈਲੰਜ ਨਹੀਂ ਹੋ ਜਾਂਦਾ ਕਿ ਮੈਨੂੰ ਇਤਫਾਕ ਨਾਲ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਹੈ ਔਰ ਹੈਰਾਨਕੁਨ ਰਿਜ਼ਲਟ ਦੇ ਰਹੇ ਨੇ। ਮਾਸ਼ਾਅੱਲਾ, ਬਿਲਕੁਲ। ਤੇ ਮੈਂ ਸਮਝਣਾ ਕਿ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰਨ। ਹੁਣ ਤੱਕ ਤਾਂ ਮੇਰੇ ਚੈਲੰਜ ਕੇਸ ਆ, ਲੇਕਿਨ ਅੱਜ ਇਹਨਾਂ ਨਾਲ ਮੈਂ ਆਪਣਾ ਚੈਲੰਜ ਖਤਮ ਕਰਤਾ ਹੈ ਔਰ ਮੈਨੂੰ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ, ਜਿਸ ਤਰ੍ਹਾਂ ਕੋਈ ਸਾਡਾ ਇਹਨਾਂ ਨਾਲ ਕੋਈ ਬਹੁਤ ਪੁਰਾਣਾ ਤਲਕ ਕੋਈ ਨਹੀਂ ਜੀ। ਤੀਸਰੀ ਦਫਾ ਹੈ? ਹਾਂਜੀ, ਤੀਸਰੀ ਦਫਾ। ਤੇ ਉਹਦੇ ਲੇਕਿਨ ਅਸੀਂ ਇਹ ਸਮਝਨੇ ਪਏ ਹਾਂ ਕਿ ਯਾਰ ਸਾਨੂੰ ਮਤਲਬ ਕਿ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਜਿਸ ਤਰ੍ਹਾਂ ਸਾਡੇ ਨਾਲ ਨੇ ਇਸ ਤਰ੍ਹਾਂ ਹੀ ਯਾਰ ਬੰਦੇ ਨਾਲ ਰਹਿਣ ਦੇ ਇਨਸ਼ਾਅੱਲਾ, ਔਰ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰਨ। ਔਰ ਸਾਡਾ ਸਿਰਫ ਜੀ ਸ਼ੌਕ ਹੈ ਜੀ, ਮਤਲਬ ਕਿ ਕਈ ਜਵਾਨਾਂ ਨੂੰ ਘੋੜਿਆਂ ਦਾ ਸ਼ੌਕ, ਅੱਲਾਹ ਤਾਲਾ ਉਹਨਾਂ ਨੂੰ ਤੋਫੀਕਾਂ ਬਖਸ਼ੀਆਂ ਹੋਈਆਂ ਨੇ, ਇਸ ਤਰ੍ਹਾਂ ਮੈਨੂੰ ਅੱਲਾਹ ਨੇ ਦੋਵੇਂ ਸ਼ੌਕ ਦਿੱਤੇ ਹੋਏ ਨੇ ਤੇ ਉਹਦੇ ਨਾਲ ਇਹ ਵੀ ਸ਼ੌਕ ਹੈ। ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਹੋਵੇ ਨਾਯਾਬ ਹੋਵੇ। ਹਾਂਜੀ, ਤੇ ਅਲਹਮਦੁਲਿਲਾ, ਤੇ ਸਿਰਫ ਮਕਸਦ ਜ਼ਿੰਦਗੀ ਗੁਜ਼ਾਰਨਾ ਜੀ, ਇੱਕ ਦਿਲ ਲੱਗੀ ਕਰੀ ਦੀ ਇਹਨਾਂ ਨਾਲ। ਦੇਖਣ ਵਾਲੇ ਦੋਸਤੋ, ਅਸਲਾਮ ਵਾਲੇਕੁਮ। ਤੁਹਾਰਫ ਤੇ ਮੇਰਾ ਖਿਆਲ ਹੈ ਪਹਿਲੇ ਵੀ 3-4 ਦਫਾ ਹੋ ਗਿਆ। ਇਹ ਸਾਡੇ ਭਾਈ ਨੇ ਜੀ, ਪਹਿਲੇ ਵੀ ਮੈਂ ਗੁਜ਼ਾਰਿਸ਼ ਕਰ ਚੁੱਕਾ ਹਾਂ ਕਿ ਅਸੀਂ ਬਹੁਤ ਜਗ੍ਹਾ ਤੋਂ, ਇਹ ਸਾਡਾ ਬਾਈ ਸ਼ੌਕ ਹੈ ਮੱਝਾਂ ਲੈਣ ਵਾਸਤੇ ਭੱਜੇ ਰਹੇ, ਲੇਕਿਨ ਸਾਨੂੰ ਜਿਹੜੀ ਇਹ ਬਰਕਰਾਰ ਤੇ ਮਕਬੂਲ ਜਗ੍ਹਾ ਮਿਲੀ ਹੈ, ਮੈਂ ਪਹਿਲੇ ਵੀ ਮੈਸੇਜ ਦਿੱਤਾ ਹੈ ਕਿ ਇਹ ਕਿਤੇ ਵੀ ਨਹੀਂ ਮਿਲੀ। ਇਹਨਾਂ ਦਾ ਪਿਆਰ, ਇਹਨਾਂ ਦਾ ਖਲੂਸ, ਔਰ ਸਭ ਤੋਂ ਅੱਛੀ ਗੱਲ ਕਿ ਡੰਗਰ ਅੱਛੇ, ਮਾਲ ਅੱਛਾ। 1, 2, 3, 4 ਨੰਬਰ ਮੱਝਾਂ ਦੀ ਕੱਲ ਅਸੀਂ ਵੀਡੀਓ ਦੇਖੀ, ਅਸੀਂ ਭੱਜੇ ਆਏ ਅੱਜ, ਅਲਹਮਦੁਲਿਲਾ ਇਹਨਾਂ ਨੇ ਸਾਡੇ ਨਾਲ ਪਿਆਰ ਕੀਤਾ, ਸੌਦਾ ਵੀ ਹੋ ਗਿਆ, ਅਸੀਂ ਇਹਨਾਂ ਕੋਲ ਮੱਝਾਂ ਲੈ ਕੇ ਜਾ ਰਹੇ ਹਾਂ। ਮੇਰੀ ਦੁਆ ਹੈ ਅੱਲਾਹ ਤਾਲਾ ਇਹਨਾਂ ਦੇ ਚੈਨਲ ਨੂੰ ਔਰ ਇਹਨਾਂ ਦੇ ਮਾਲ ਨੂੰ ਔਰ ਇਹਨਾਂ ਨੂੰ ਹਮੇਸ਼ਾ ਤਰੱਕੀ ਅਤਾ ਫਰਮਾਏ। ਅੱਗੇ ਅਖਤਰ ਭਾਈ 3 ਦਫਾ ਮਾਲ ਗਿਆ, 4ਵੀਂ ਦਫਾ ਜਾ ਰਹੀ ਹੈ, ਹਰ ਦਿਨ ਤੁਸੀਂ ਆਉਂਦੇ ਨੇ, ਅਗਲੀ ਦਫਾ ਵੱਧ ਤੋਂ ਵੱਧ ਮੱਝ ਹੁੰਦੀ। ਅਲਹਮਦੁਲਿਲਾ ਜੀ, ਅਸੀਂ ਪਹਿਲੇ ਖੇਪ ਲੈ ਕੇ ਗਏ, ਬਹੁਤ ਮਜ਼ਾ ਆਇਆ। ਹਾਂਜੀ,
ਫਿਰ ਅਸੀਂ ਆਏ ਦੂਸਰੀ ਲੈ ਕੇ ਉਹਦੇ ਨਾਲ ਜ਼ਿਆਦਾ ਮਜ਼ਾ ਆਇਆ। ਫਿਰ ਮਾਸ਼ਾਅੱਲਾ ਅਸੀਂ ਪੰਜ ਮੱਝਾਂ ਲੈ ਕੇ ਦੋ ਚਾਰ ਦਿਨ ਪਹਿਲੇ ਗਏ, ਬਹੁਤ ਮਜ਼ਾ ਆਇਆ। ਔਰ ਮੇਰਾ ਖਿਆਲ ਹੈ ਜਿਹੜੀਆਂ ਅੱਜ ਲਈਆਂ ਆ, ਜਿਹੜੀਆਂ ਅੱਜ ਲਈਆਂ ਨੇ, ਇਹਦੇ ਨਾਲ ਦਾ ਮਜ਼ਾ ਸ਼ਾਇਦ ਪਹਿਲੇ ਨਾ ਹੀ ਆਇਆ। ਬਹੁਤ ਖੂਬਸੂਰਤ ਜਾਨਵਰ, ਮਾਸ਼ਾਅੱਲਾ ਜੀ, ਅੱਲਾਹ ਪਾਕ ਤੁਹਾਡੀ ਨਸੀਬ ਕਰੇ ਜਨਾਬ, ਬਹੁਤ ਮਿਹਰਬਾਨੀ, ਸ਼ੁਕਰੀਆ ਮਹਿਜ਼ਾਨ, ਅੱਲਾਹ ਪਾਕ ਤੁਹਾਡੀ ਨਸੀਬ ਕਰੇ। ਲਓ ਜੀ ਮਜ਼ਾ ਵਿਖਾ ਦਿੰਦੇ ਆ ਜਨਾਬ, ਚੈੱਕ ਕਰ ਲੈਣਾ ਜਿਹੜੀਆਂ ਯੂਟਿਊਬ ਤੇ ਲਾਈਆਂ ਜਨਾਬ, ਉਹ ਹੀ ਹਨ। ਸਭ ਤੋਂ ਪਹਿਲੇ ਪਹਿਲੇ ਨੰਬਰ ਤੇ ਮੱਝ ਇਹ ਲੱਗੀ ਸੀ, ਵੱਡੀ ਮੱਝ ਮਾਸ਼ਾਅੱਲਾ, ਚੈੱਕ ਕਰ ਲੈਣੀ ਜਨਾਬ, ਪਹਿਲੇ ਨੰਬਰ ਤੇ ਜਨਾਬ, ਇਹ ਦੂਸਰੇ ਨੰਬਰ ਤੇ ਝੋਟੀ ਮਾਸ਼ਾਅੱਲਾ, ਆ ਚੈੱਕ ਕਰੋ ਜੀ, ਦੂਸਰੇ ਨੰਬਰ ਵਾਲੀ ਮੱਝ ਮਾਸ਼ਾਅੱਲਾ ਜਨਾਬ, ਨਾਮ ਮਿਲ ਜਾ ਸੀ ਯਾਰ, ਅੱਲਾ ਦੇ ਖਾਸ ਫਜ਼ਲ ਨਾਲ ਜੀ, ਪਾਕ ਪਤਨ ਐਨੀਮਲਸ ਟੀਵੀ ਮਿਹਨਤ ਕਰਦਾ ਜਨਾਬ ਵੀਰਾਂ ਵਾਸਤੇ, ਮੱਝਾਂ ਸਾਰੇ ਮਾਸ਼ਾਅੱਲਾ ਵੇਚ ਰਹੇ ਹਨ, ਹਰ ਬੰਦਾ ਕੋਸ਼ਿਸ਼ ਕਰਦਾ ਅੱਛੀ ਮੱਝ ਲਿਆਵਣ ਦੀ, ਲੇਕਿਨ ਇੱਥੇ ਇਸ ਦਫ਼ਾ ਸ਼ਬਾਜ਼ ਬਾਈ ਨੇ ਜਨਾਬ ਅਖੀਰ ਕਰ ਦਿੱਤੀ ਮਿਹਨਤ ਕਰਨ ਵਾਲੇ, ਜਨਾਬ ਇੱਕੋ ਜਿਹੇ ਸੈੱਟ ਮਾਸ਼ਾਅੱਲਾ ਰਲਾਏ ਨੇ। ਇਹ ਕੱਲ੍ਹ ਵੀਡੀਓ ਲਾਈ ਜਨਾਬ ਆਜ਼ਮ ਭਾਈ ਗੁੱਜਰ ਸਾਹਿਬ ਲਾਹੌਰ ਤੋਂ, ਮਾਸ਼ਾਅੱਲਾ ਪਹਿਲੇ 3 ਦਫ਼ਾ ਮਾਲ ਗਿਆ ਹੈ ਉਹਨਾਂ ਨੇ ਜਨਾਬ, ਯਾ ਵੀਡੀਓ ਵੇਖੀ ਮਾਸ਼ਾਅੱਲਾ ਤੋਂ ਆਏ ਨੇ ਜਨਾਬ, 4 ਮੱਝਾਂ ਉਹਨਾਂ ਲੈ ਲਈਆਂ। ਇਹ ਚੈੱਕ ਕਰ ਲੈਣਾ ਜਨਾਬ, ਤੀਸਰੇ ਨੰਬਰ 'ਤੇ ਹੈਗੀ ਸੀ, ਇਹ ਚੌਥੇ ਨੰਬਰ 'ਤੇ ਮੱਝ ਆ ਗਈ, ਮੈਂ ਚੈੱਕ ਕਰ ਲੈਣਾ। ਇਹ ਸੂਈ ਹੋਈ ਬਾਕੀ ਗਭਣਿਆਂ ਦਿਨ ਲੈਂਦੀਆਂ ਜਨਾਬ, ਆ ਕੱਟੀ ਵਾਲੀ ਮੱਝ ਮਾਸ਼ਾਅੱਲਾ, ਲਓ ਜਨਾਬ ਤਸਲੀਆਂ ਕਰ ਲੈਣੇ ਮੇਰੇ ਭਰਾਵਾਂ ਨੇ। ਆ ਜਨਾਬ 4 ਮੱਝਾਂ ਦੀ ਜਨਾਬ ਵੀਡੀਓ ਸੀ, ਇਹਦੇ ਵਿੱਚ ਗਾਂ ਹੈਗੀ ਸੀ, 4 ਮੱਝਾਂ ਜਨਾਬ ਉਹਨਾਂ ਨੇ ਪਰਚੇਜ਼ ਕਰ ਦੇ, ਅੱਲਾ ਪਾਕ ਉਹਨਾਂ ਦੇ ਨਸੀਬ ਕਰੇ ਜਨਾਬ। ਕਿਸੇ ਸਾਡੇ ਦੋਸਤ ਨੂੰ, ਕਿਸੇ ਵੀਰ ਨੂੰ ਜਾਨਵਰ ਚਾਹੀਦਾ ਹੋਵੇ ਜਨਾਬ, ਸਾਡੇ ਨਾਲ ਰਾਬਤਾ ਕਰ ਸਕਦਾ, ਇਨਸ਼ਾਅੱਲਾ ਤੁਹਾਡੇ ਇਤਮਾਦ 'ਤੇ ਪੂਰਾ ਉਤਰਾਂਗੇ, ਇਨਸ਼ਾਅੱਲਾ ਤੁਹਾਡੇ ਇਤਮਾਦ ਨੂੰ ਠੇਸ ਨਹੀਂ ਪਹੁੰਚੇਗੀ। ਆਪਣਾ ਹੀ ਮਾਲ ਹੈ, ਆਪਣਾ ਹੀ ਚੈਨਲ ਹੈ, ਚੈੱਕ ਕਰਨਾ ਸ਼ਾਹਜ਼ੋਰ ਡਾਲੇ ਵਿੱਚ ਮਾਸ਼ਾਅੱਲਾ ਕੱਲੀ ਪੂਰੀ ਆਵਣ ਵਾਲੀ ਮੱਝ, ਦਿਨ ਕੱਢਦੀ ਹਾਲੇ ਜਨਾਬ। ਲਓ ਜਨਾਬ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਮੁਹੱਬਤਾਂ ਵਾਲੇ ਕਮੈਂਟ ਜਨਾਬ ਲਾਜ਼ਮੀ ਕਰ ਦੇਣ। ਇਸ ਨਾਲ ਆਪਣੇ ਮੇਜ਼ਬਾਨ ਮੁਹੰਮਦ ਰਿਆਜ਼ ਦਿਓ, ਇਨਸ਼ਾਅੱਲਾ ਨਹੀਂ ਫਿਰ ਦੋਸਤਾਂ ਦੀ ਖਿਦਮਤ ਵਿੱਚ, ਅੱਲਾ।